ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੈ ਅਸੀਂ ਨਾ ਵਲੋਗ ਬਣਾਉਣਾ ਨਹੀਂ ਸੀ, ਪਰ ਅਸੀਂ ਨਾ ਵਿਹਲੇ ਬੈਠੇ ਸੀਗੇ, ਸੋਚਿਆ ਕੀ ਕਰੀਏ ਤੇ ਦੱਸ ਹੀ ਦਈਏ ਕਿ ਅਸੀਂ ਵਲੋਗ ਕਿਹੜੀ ਚੀਜ਼ 'ਤੇ ਬਣਾਉਣ ਲੱਗੇ ਹਾਂ। ਹਾਲਾਤਾਂ ਨੇ ਮਜਬੂਰ ਕਰਤਾ ਸਾਨੂੰ ਵਲੋਗ ਬਣਾਉਣ 'ਤੇ। ਅਸੀਂ ਜਾਣਾ ਸੀ ਅੱਜ ਵਿਆਹ, ਤੇ ਅਸੀਂ ਨਾਲ ਬੰਦੇ ਸਾਡੇ ਨਾਲ ਸ਼ੇਰਾ ਤੇ ਕਵੀਰ ਸਾਡਾ ਹੋਰ ਸੀ, ਅਸੀਂ ਉਹ ਵੀ ਨਾਲ ਤਿਆਰ ਸੀ, ਉਹਨਾਂ ਨੂੰ ਵੀ ਐ ਕਾਰਡ ਡੱਬਾ ਕਦੇ ਐ ਮਾੜੀ ਕਿਸਮ ਸਾਨੂੰ ਵੀ ਉਹ ਵਿਆਹ ਦਾ ਆ ਗਿਆ। ਅਸੀਂ ਸੋਚਿਆ ਕਿ ਚੱਲ ਇਕੱਠੇ ਚੱਲ ਜਾਵਾਂਗੇ ਇੱਕ ਗੱਡੀ 'ਤੇ, ਕਾਹਤੋਂ ਗੱਡੀਆਂ ਭਜਾਈ ਫਿਰ ਰਹੀਆਂ। ਦਸ ਵਜੇ ਫੋਨ ਕੀਤਾ ਕਿ ਚੱਲ ਇਕੱਠੇ ਚੱਲ ਜਾਂਦੇ, 11 ਵਜੇ ਕਹਿੰਦੇ ਅਸੀਂ ਆ ਗਏ। ਅਤੇ ਵਿਆਹ ਦਾ ਤੁਹਾਨੂੰ ਪਤਾ ਪਿੰਡ ਵਾਲਿਆਂ ਦਾ ਵੈਸੇ ਬੜਾ ਚਾਅ ਹੁੰਦਾ, ਅਤੇ ਮੈਨੂੰ ਬੜਾ ਚਾਅ ਸੀ ਕਿ ਵਿਆਹ ਚੰਗਾ ਸੀ। ਅਸੀਂ ਸਵੇਰ ਦਾ ਖਾਧਾ ਹੀ ਕੁਛ ਨਹੀਂ ਕਿ ਚੱਲ ਵਿਆਹ 'ਚ ਵੀ ਜਾ ਕੇ ਕਸਰ ਕੱਢਦੇ ਹਾਂ। ਜੱਗੂ ਵੀ ਭੇਜਤਾ ਅੱਜ, ਅਤੇ ਅਸੀਂ ਹੁਣ ਬਸ਼ਰਮ ਜਿਹੇ ਹੋ ਗਏ, ਬੂਹੇ ਜਿਹੇ ਬੈਠੇ, ਸਾਡੇ ਘਰ ਦੇ ਵੀ ਕਹੀ ਜਾਂਦੇ ਘੜੀ ਮੁੜੀ ਕਿ ਗਏ ਨਹੀਂ ਜੇ, ਹੁਣ ਤੱਕ ਗਏ ਨਹੀਂ ਜੇ। ਦਾਦੀ ਸਾਡੀ ਵੀ ਹੁਣ ਗਈ ਜਾਂਦੀ ਕਿ ਗਏ ਨਹੀਂ ਤੁਸੀਂ ਵਿਆਹ ਜਾਣਾ ਸੀ, ਹੈਂ ਜਲੂਸ ਕੱਢੇ ਯਾਰ ਸੀਰੀ ਉਹਨਾਂ ਨੇ, ਸ਼ੇਰੇ ਹੋਣੀ ਹਜੇ ਤੱਕ ਆਉਂਦਾ ਨਾਂ ਨਹੀਂ ਲੈਣ ਡੇ। ਹੈਂ ਗੁਰੀ ਭਾ, ਅਸੀਂ ਕਦੀ ਗੇਟ 'ਚ ਕਦੀ ਪੱਬਾਂ ਭਰ ਬਹਿ ਜਾਂਦੇ, ਕਦੀ ਖਲੋ ਜਾਂਦੇ ਹਾਂ। ਅਤੇ ਮੈਂ ਤੁਹਾਨੂੰ ਇੱਕ ਮਾਤੀ ਦੇਣ ਦਿਆਂ ਕਿ ਵਿਆਹ ਗਾਂਹ ਤਾਂ ਤੁਸੀਂ ਵੀ ਕਿਤੇ ਜਾਣਾ ਹੋਵੇ ਤਾਂ ਪਹਿਲਾਂ ਆਪਣਾ ਸਿਰ ਉੱਠ ਕੇ ਖਾ ਪੀ ਲਿਆ ਕਰੋ, ਇਹ ਘਰ ਨਾ ਕਰੋ ਕਿ ਵਿਆਹ 'ਚ ਜਾ ਕੇ ਹੀ ਕਸਰ ਕੱਢਣੀ ਆ। ਭਾਈ ਹੱਥ ਹੁੰਦੀ ਆ ਆਪਣੀ ਪਿੰਡ ਵਾਲਿਆਂ ਦੀ, ਸਾਡੀ ਤਾਂ ਹੈਗੀ, ਅਸੀਂ ਐਵੇਂ ਆਖੀ ਸਾਡੀ ਨਹੀਂ ਹੈਗੀ। ਸ਼ੁਕਰ ਹੈ ਭਰਾਵਾ ਆ ਜਾਣਗੇ ਤੇ ਦੱਸ ਦੇਣੀ, ਮੇਰੇ ਤਾਂ ਆਂਦਰਾਂ ਆਉਂਦੇ ਤਾਂ ਲੂਹ ਚੱਲੀਆਂ ਆ ਭੁੱਖ ਦੇ ਨਾਲ ਹੀ। ਚੂਹੇ ਕੁੜੀ ਹੋਏ, ਚੂਹੇ ਵੀ ਆਉਂਦੇ ਨਾ, ਜਿਹੜੇ ਚੂਹੇ ਆਪਣੇ ਅੰਦਰ ਹੋਏ, ਵੱਖੀਆਂ ਹੀ ਵਾਜ ਵਾਜ ਕਮਲੇ ਹੋਏ ਪਏ ਕਿ ਭਰਾਵਾ ਖਵਾ ਦੇ ਕੁਝ, ਭੁੱਖਾ ਹੀ ਮਾਰਦੇ ਲੱਗਾ ਆ। ਸਹੀ ਗੱਲ ਹੈ, ਆ ਗਏ ਭਰਾਵਾ, ਸ਼ੁਕਰ ਆ। ਉਹ ਦਿਖਦੀ ਮੈਨੂੰ ਗੱਡੀ ਆਉਂਦੀ, ਇਹ ਵੀ ਬੜਾ ਝੂਠ ਬੋਲਦੇ ਹੈ, ਨਹਾਉਂਦਾ ਇਹ ਵੀ ਨਹੀਂ ਮੇਰੇ ਵਾਂਗੂ, ਉੱਥੇ ਸਲੂਨ ਸਲਾਨ ਦੇ ਟਾਈਮ ਲੱਗ ਗਿਆ ਮੇਰੇ ਉਹੋ ਜਿਹਾ ਪ੍ਰਤੀਕ, ਉਹਦੇ ਤੇ ਸਾਲੇ ਦੇ ਵਾਲ ਹੀ ਨਹੀਂ ਸੈੱਟ ਆਉਂਦੇ ਹੁੰਦੇ, ਵਾਲ ਹੈ ਹੀ ਨਹੀਂ ਸੈੱਟ ਕਿੱਥੋਂ, ਵਾਲ ਕਦੇ ਲੂਈ ਜੀ ਸਿਰ ਤੇ, ਉਹਨੂੰ ਵੀ ਡਰਾਇਰ ਬਣਾਉਂਦਾ ਰਹੂਗਾ। ਦੱਸਦਾ ਨੀ, ਸ਼ੁਕਰ ਆ ਭਰਾ ਆ ਗਏ। ਹੁਣ ਗੱਡੀ ਦੂਧ ਪਜਾਈ ਜਾਣਾ, ਅਸੀਂ ਤਾਂ ਬੜੀ ਤੇਜ਼ ਆਏ ਗੁਰੂਆ, ਰਾਹ 'ਚ ਇੱਦਾਂ ਹੋ ਗਿਆ, ਰਾਹ 'ਚ ਉੱਦਾਂ ਹੋ ਗਿਆ, ਆਣ ਕੇ ਬਹਾਨੇ ਮਾਰਨੇ ਅਖੀ ਦੋਵਾਂ ਨੇ। ਉਹ ਬੜੀ ਛੇਤੀ ਆਏ ਗੁਰੂਆ, ਲੈ ਜਵਾਬ ਦੇਤਾ, ਜਵਾਬ ਦੇਤਾ ਉਹਨਾਂ ਨੇ, ਬੀਜੀ ਹੁਣੇ ਪੁੱਛ ਕੇ ਨਹੀਂ ਗਏ ਹੋਣੇ ਤੇ। ਸ਼ੁਕਰ ਆ ਭਰਾ ਆਏ ਜੇ, ਲੈ ਬਹਿਣ ਲੱਗੇ ਤੁਸੀਂ ਤੇ ਅੱਜ ਦੱਸਦਾ ਨੀ, ਐਨਕਾਂ ਨੇ ਕਿੱਡਾਂ ਲਾਈਆਂ ਦੋਵਾਂ ਨੇ, ਦੇ ਅੰਨੇ ਲੱਗੀ ਜਾਂਦੇ ਮੈਨੂੰ ਤੇ। ਗਾਣੇ ਬੰਦ ਕਰ, ਪਹਿਲਾਂ ਗਾਣੇ ਬੰਦ ਕਰ, ਫਿਰ ਲੱਗ ਕੇ ਲਿਆਉ, ਗਾਣੇ ਬੰਦ ਕਰ। ਵੇਖੀ ਹੁਣ ਕੀ ਬਹਾਨਾ ਮਾਰਨਾ, ਹੈ ਇੰਨਾ ਲੇਟ ਹੋ ਗਿਆ ਜੇ 1 ਵਜੇ, ਮੈਂ ਤੈਨੂੰ 10 ਵਜੇ ਫੋਨ ਲਾਇਆ ਸੀ। ਜੂੜੀ ਤੇਰਾ ਤੇ ਮੇਕਅਪ ਨਹੀਂ ਸੂਤਰ ਆਉਂਦਾ ਹੁੰਦਾ ਢਿੱਲੀ, ਦੱਸਦਾ ਨੀ ਗੁਰੂਆ ਵਿਆਹ ਦਾ ਇੰਨਾ ਚਾਹ, ਸਾਰਾ ਚਾਹ ਹੀ ਖਤਮ ਕਰਤਾ ਗੁਰੂਆ, ਮੈਂ ਤਾਂ ਸਵੇਰ ਦਾ ਖਾਧਾ ਕੋਈ ਨੀ, ਮੈਂ ਤਾਂ ਸਵੇਰ ਦਾ ਖਾਧਾ ਹੀ ਕੋਈ ਨੀ। ਆਪਾਂ ਗੱਡੀ ਬੰਦ ਕਰ, ਤੂੰ ਮਾਮਾ ਪੈਰਾਂ ਤਾਂ ਚੜਾ ਦੀ, ਚਲੋ ਚਲੋ, ਮੈਂ ਤਾਂ ਸਵੇਰ ਦਾ ਖਾਧਾ ਹੀ ਕੋਈ ਨੀ ਗੁਰੂਆ, ਲੈ ਬਹਿਣ ਲੱਗਾ ਸ਼ੇਰੇ ਤੂੰ ਗੁਰੂਆ, ਅੱਜ ਤੇ ਮੈਂ ਤਾਂ ਡਾਇਟ ਵੀ ਸਾਰੀ ਮਿਸ ਕਰਦੀ, ਅੱਜ ਵਿਆਹ ਹੀ ਖਾਣਾ, ਅੱਜ ਚੀਰ ਮੀਲ ਕਰਨੇ, ਅੱਜ ਤੇ ਮੈਂ ਸੋਚਿਆ ਕਿ ਅੱਜ ਚੀਰ ਮੀਲ ਚੱਲਣਗੇ, ਕਿੱਥੇ ਚੱਲ, ਮੈਂ ਚਲਾਉਣੀ ਯਾਰ ਗੱਡੀ, ਸਿਆਣੇ ਹੱਥੀ ਚਲਾਵਾਂ ਮੈਂ ਆਪਣੇ। ਕੀ ਹੋ ਗਿਆ, ਕੀ ਹੋ ਗਿਆ, ਹੈਗਾ ਨੀ, ਚਲੋ ਠੀਕ ਹੈ ਫਿਰ, ਬਾਏ ਬਾਏ, ਲਾ ਜੂ ਜੱਟੋ, ਬਾਕੀ ਅਸੀਂ ਵੇਹਨੇ ਵਿਆਹ ਫਿਰ, ਪਰ ਅੱਜ ਸ਼ੇਰੇ ਹੋਣਾ ਦਾ ਸਾਡੇ ਨਾਲ ਬਹੁਤ ਮਾੜੀ ਕੀਤੀ, 11 ਵਜੇ ਦਾ ਹੁੰਦਾ ਕਹਿ ਕੇ, ਇਹ ਆਉਣ ਦਾ ਕਿੰਨਾ ਟਾਈਮ ਹੋਇਆ ਗੁਰੀ ਬਾ, ਵੇਖੀ ਮਾੜਾ ਜਿਹਾ, ਮੈਂ ਸਿਰ ਚ ਲੂਈ ਜੀ ਹੈਗੀ ਤੋ ਵੀ ਇਹਨੂੰ ਖੜੀ ਕਰਾਉਂਦੀ ਫਿਰਦਾ ਰਹਿੰਦਾ, ਸੋਹਣੇ ਸੋਹਣੇ ਮੁੰਡੇ ਵਿਆਹ ਚਲੇ ਨੇ, ਕਿਆ ਬਾਤ,
ਓਏ ਹੋਏ ਹੋਏ ਬੁਲਾ 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 ਕੌਣ ਹੀ ਬਾਗ ਗਿਫਟ ਦੇ ਕੇ ਦਿੰਦੇ ਤੇ ਸੱਟਣਾ ਸੀ ਇਹਨੂੰ ਕਿਹਨੇ ਦਿੱਤੇ ਮੈਂ ਬਲੌਗ ਨਹੀਂ ਕੱਢਣਾ ਗਿਫਟ ਕਿਹਨੇ ਦਿੱਤੇ ਤੈਨੂੰ ਦੱਸ ਮੈਨੂੰ ਇਹ ਭਰਜਾਈ ਹੁਣ ਵੇਖੂਗੀ ਕਿਹਨੇ ਦਿੱਤੇ ਆ ਨਾ ਨਾ ਕਹਿੰਦਾ ਗਿਫਟ ਦਿੱਤੇ ਕਿਸੇ ਨੇ ਘਰ ਨਹੀਂ ਖੜੇ ਤੈਨੂੰ ਦੱਸਦਾ ਓਏ ਗੁਰੀ ਭਾ ਵੇਲਾ ਚੋਰ ਫੜਿਆ ਗਿਆ ਨਾ ਗਿਫਟ ਦਿੱਤੇ ਚੋਬਰ ਸੋਹਣੇ ਬੜੇ ਲੱਗਣ ਡੇ ਆ ਤੇ ਕਹਿ ਰਹੀ ਮਚਾਈ ਜਾਣ ਡੇ ਸ਼ਰੇ ਸ਼ਰੇ ਓਏ ਪੈਲਸ ਦਾ ਨਾਮ ਮਾਮਾ ਤੈਨੂੰ ਪਤਾ ਹੋਊਗਾ ਤੇ ਮੈਨੂੰ ਤਾਂ ਆਪ ਨਹੀਂ ਪਤਾ ਪੈਲਸ ਦਾ ਪਤਾ ਨਹੀਂ ਵਿਆਹ ਨੂੰ ਤੇਰੀ ਕਿੱਥੇ ਵਿਆਹ ਦੇ ਕਿੱਥੇ ਰੱਖੀ ਚਾ ਉਹ ਨਾ ਦੱਸ ਬਹੁ ਪੈਲਸ ਦਾ ਕਿੱਡਾ ਚੌੜਾ ਹੁੰਦਾ ਪਿੱਛੇ ਆਣ ਕੇ ਕਿੱਦਾਂ ਠੋਕੀਆਂ ਹੋਏ ਦੂਹੋ ਦੂ ਇਨਕਾ ਕਦ ਲਈਆਂ ਯਾਰ ਕਹਿੰਦਾ ਮਾਲ ਵੱਧ ਖਾ ਲਿਆ ਹੋਣਾ ਤਾਂ ਲਾਈਆਂ ਤੇ ਮੈਂ ਤੈਨੂੰ ਪਤਾ ਵੈਸੇ ਲਾਉਂਦਾ ਕਿਉਂ ਖਾਧਾ ਤੂੰ ਯਾਰ ਕਿਉਂ ਚਾਹ ਪੀ ਗਿਆ ਤੂੰ ਲੱਗਿਆ ਹੈ ਚਾਹ ਵਿਆਹ ਚੋ ਖਾਏ ਓਟਸ ਨਹੀਂ ਕੀ ਉਹ ਪੈਟ ਜੇ ਕੀ ਖਾਣਾ ਕੀ ਓਟਸ ਦਾ ਪੈਟ ਸੀ ਉਹ ਕਾਲਾ ਆ ਵੀਰ ਨੂੰ ਕਿ ਵੀਰ ਅੰਮ੍ਰਿਤਸਰ ਪਹੁੰਚ ਗਿਆ ਜੀ ਪੈਲਸ ਦਾ ਨਾਮ ਦੱਸ ਕਿਹੜਾ ਵਾ ਦੱਸਦਾ ਨੀ ਕਰੋ ਫੋਨ ਪ੍ਰਧਾਨ ਦੋ ਦੋ ਹੋਣਗੀਆਂ ਤੂੰ ਤਿੰਨ ਪਾਈਆਂ ਵੇਲਾ ਮੇਰੀ ਗੱਲ ਕਰ ਆਹ ਤੇ ਕੁਝ ਕੀ ਹੋਣੇ ਦੋਵੇਂ ਸੇਮ ਯੂ ਨੋ ਇੱਕ ਦਿਨ ਮੇਰੇ ਲਈ ਲੱਕੀ ਆ ਯਾਰ ਚਲੋ ਜੀ ਜਾਂਦੇ ਤੁਹਾਨੂੰ ਫਿਰ ਵਿਆਹ ਵਾਲਾ ਮਾਹੌਲ ਖਾਉਂਦੇ ਆ ਜੇ ਜੇ ਨਾ ਅਸੀਂ ਲੇਟ ਹੋ ਗਏ ਮੇਰੇ ਹਿਸਾਬ ਨਾਲ ਤੇ ਮਿੱਠਾ ਮੁੱਠਾ ਚੁੱਕਿਆ ਗਿਆ ਹੋਣਾ ਵਾ ਹੈਂ ਚੌਲ ਹੀ ਖਾਣੇ ਪੈਣੇ ਜਾ ਕੇ ਘੋੜਾ ਉਹ ਜੀ ਆਪਾਂ ਤੈਨੂੰ ਭਲਾਉਂਦੇ ਨੀ ਆਪਾਂ ਹਨਾ ਭਗਤ ਬੰਦੇ ਆ ਆਪਾਂ ਭਗਤ ਭਗਤ ਮੈਂ ਪ੍ਰਤੀਕ ਸੋਚਣ ਡਿਆ ਕਿਹੜੀ ਹੋਊਗੀ ਸ਼ਰਾਬ ਕਿਹੜੀ ਪਾਈ ਹੋਗੀ ਨਾ ਪ੍ਰਤੀਕ ਅੱਛਾ ਛੱਡੀ ਹੋਈ ਆ ਛੱਡੀ ਨੀ ਸਾਰਾ ਛਡਾਈ ਹੋਈ ਆ ਇਹ ਕਿਉਂ ਕਹਿ ਲਾਂਗੇ ਤੂੰ ਛੱਡੀ ਹੋਈ ਆ ਛਡਾਈ ਹੋਈ ਆ ਗੱਲਾਂ ਗੁਰੀ ਨੂੰ ਬੜੀਆਂ ਆਉਂਦੀਆਂ ਗੁਰੀ ਭਾ ਤੂੰ ਲੱਗਦਾ ਖਰਾਬੀ ਕਰਕੇ ਆਇਆ ਤੂੰ ਕੀ
ਹੀਟਰ ਤੇ ਬਾਹ ਦਿੰਨੇ ਆ ਗੱਲ ਗੱਲ ਨਹੀਂ ਕਰ ਦੋ ਕਰ ਦੋ ਚਲੋ ਵੀ ਅਸੀਂ ਹੁਣ ਵੀ ਪੈਰ ਸਾੜੇ ਜਿਨ੍ਹਾਂ ਦਾ ਫੋਨ ਕਰੀਏ ਵੀਰ ਪੈਲਸ ਕਿਹੜਾ ਵਾ ਅਸੀਂ ਪਹੁੰਚੀਏ ਆਪਣਾ ਬੜਾ ਸ਼ਤਾਨ ਤੋਂ ਵਹਿ ਜਾਣਾ ਬਾਕੀ ਮੁਬਾਰਕਾਂ ਭਰਾ ਨੂੰ ਬਹੁਤ ਬਹੁਤ ਲਵ ਯੂ ਜੱਟਾ ਕੋਈ ਨੀ ਪਵਾ ਦੇਣੇ ਖੁੜ ਕੇ ਪਵਾ ਅੱਛਾ ਜੂਸ ਅੱਛੀ ਪਾਈ ਆ ਮਾਹੌਲ ਬਣਿਆ ਪੂਰਾ ਯਾਰ ਲਹਿਰ ਆਈ ਜਾਂਦੀ ਪੂਰਾ ਲਹਿਰ ਆਉਣੀ ਧੁੱਪ ਵੀ ਲੱਗ ਗਈ ਹੁਣ ਮਜ਼ੇ ਆਉਂਦੇ ਮਜ਼ੇ ਕੀ ਖਾ ਲਿਆ ਤੁਸੀਂ ਲਹਿਰ ਆ ਰਹੀ ਆ ਬੋਤਲ ਖੋਲ ਗੁਰੀ ਭਾ ਰੱਖੋ ਵੀਰੇ ਪੁੱਛਣ ਵਾਲੀ ਗੱਲ ਕੋਈ ਰੱਖੋ 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 ਨਾ ਪੀਣੇ ਨਾ ਹੀ ਪੀਣੀ